ਚੜ੍ਹਦੀ ਚੱਲਦੀ ਬੱਸ 'ਚ ਚੜ੍ਹ ਗਿਆ ਥੱਲੇ ਨੂੰ ਕਹਿੰਦੇ ਥੱਲੇ ਉੱਤਰ ਅਸੀਂ ਵੀ ਲੈ ਕੇ ਜਾਣਾ ਜਾਂ ਮਰਦੇ ਤਾਂ ਸਾਡੀ ਜ਼ਿੰਮੇਵਾਰੀ ਨਹੀਂ ਥੋੜੂ ਆ ਅਤੇ ਉਸ ਤੋਂ ਬਾਅਦ ਇੱਕ ਮਨ ਲੱਗ ਗਿਆ ਕਹਿੰਦਾ ਸਰਦਾਰ ਜੀ ਮੈਂ ਤਾਂ ਪੈਸੇ ਦੇ ਰਿਹਾ ਹੈਗਾ ਹਜ਼ੂਰ ਸਾਹਿਬ ਦੇ ਦਰਬਾਰ ਦੇ ਸਾਹਮਣੇ ਖੜਿਆ ਹੈਗਾ। ਹਾਂਜੀ ਹੈਗੇ ਸਰ। ਆ ਦੇਖੋ ਚੱਲਦੀ ਬਸ ਇਹਦੇ ਚਲਿਆ ਹੈਗਾ, ਮੈਂ ਜਲਦੀ ਪਹੁੰਚ ਜਾਵਾਂ ਆਪਣੇ ਯਹਾਂ ਪਰ। ਉੱਧਰ ਨਸ਼ਾ ਕੀਤਾ? ਮੈਂ ਰਗੜਾ ਪੀਤਾ ਹੈਗਾ ਸਰ, ਰਗੜਾ ਪੀਤਾ। ਕੀ ਪੀਤਾ ਵਾ? ਰਗੜਾ, ਬਾਬੇ ਦੀ ਦੇਖ। ਕਿੱਥੇ ਰਹਿਣ ਲੱਗਾ? ਆਪਣੇ ਇੱਥੇ ਰਹੀ ਆ। ਕਿਹੜੀ ਜਗ੍ਹਾ? ਅਜੰਤਾ ਨਗਰ। ਉਹ ਤੁਹਾਨੂੰ ਪਤਾ ਹੀ ਆ ਸਾਈ, ਉਹ ਤੁਹਾਨੂੰ ਪਤਾ ਹੀ ਆ। ਪੈਂਚਰ ਵਾਲੇ ਕੋਲ। ਪੈਂਚਰ ਵਾਲੇ ਕੋਲ ਕਿੰਨੇ ਦੀ ਦਿੱਤੀ ਆ ਵੀਰ? ਇਹ 60 ਰੁਪਏ ਦੀ। ਹਰੀਜਾ ਸ਼ਰਮਾ, ਪੰਜਾਬ ਕੇਸਰੀ। ਠੀਕ ਹੈ ਜੀ, ਮੈਂ ਉਹਨਾਂ ਦਾ ਬੇਟਾ ਹੈਗਾ ਛੋਟਾ। ਕਿਹਦਾ ਬੇਟਾ? ਰਮਨ। ਕਿਹਦਾ ਬੇਟਾ? ਰਮਨ। ਮੈਂ ਧੱਕਾ ਲੈਂਦਾ ਹੈਗਾ ਰੇੜੀਆਂ ਨੂੰ, ਠੀਕ ਆ, ਉਹਨਾਂ ਦੇ ਪੈਸੇ ਮੈਂ ਸਮਾਨ ਪੀਂਦਾ ਹੈਗਾ। ਮੈਂ ਕੋਈ ਝੂਠ ਬੋਲਾ ਜੀ? ਉਹ ਆਪਣੀ ਜ਼ਿੰਦਗੀ ਨੂੰ ਵੀ ਧੱਕਾ ਲਾ ਰਿਹਾ ਮੈਨੂੰ ਲੱਗਦਾ। ਮਾਰੋ ਚੰਡ ਸਾਲੇ।
ਗੱਡੀ ਸਾਡੀ ਜਾ ਰਹੀ ਹੈ, ਚਲਦੀ ਬਸ ਹੀ ਚੜ ਗਿਆ, ਗਿਰਦਾ ਗਿਰਦਾ ਪਿਛਲੇ ਟਾਇਰ ਥੱਲੇ ਆ ਜਾਣਾ ਤਾ। ਉਸ ਤੋਂ ਬਾਅਦ ਇਹਨੂੰ ਕਿਹਾ ਗੱਡੀ ਰੋਕ ਕੇ ਵੀ ਥੱਲੇ ਉਤਰ ਜਾ, ਉਤਰਦਾ ਨਹੀਂ ਸੀਗਾ, ਗਾਲਾਂ ਕੱਢਣ ਲੱਗ ਗਿਆ ਬਸ ਦੇ ਵਿੱਚ, ਕਹਿੰਦਾ ਮੈਂ ਪੈਸੇ ਦੇਣੇ ਤੁਹਾਡਾ ਆਏ ਆ ਬੋਲਣਾ, ਗਾਲਾਂ ਕੱਢਣ ਲੱਗ ਗਿਆ ਮਾਂ ਭੈਣ ਦੀਆਂ। ਅਸੀਂ ਇੱਥੇ ਆ ਕੇ ਫੇਰ ਲਾਤਾ ਇੱਥੇ ਰੋੜਾ ਚੱਕ ਲਿਆ ਡਰਾਈਵਰ ਤੇ, ਕਹਿੰਦਾ ਅਸੀਂ ਚੱਲ ਮੈਂ ਤੇਰੇ, ਕਹਿੰਦਾ ਮੈਂ ਗੱਡੀ ਭੰਦ ਹੈ। ਉਸ ਤੋਂ ਬਾਅਦ ਫਿਰ ਹੁਣ ਇੱਥੇ ਲੈ ਕੇ ਆਏ।